ਘੱਗਰ ਦਰਿਆ ਇਸ ਵੇਲੇ ਕਈ ਪਿੰਡਾਂ ਦੇ ਲਈ ਆਫਤ ਬਣਿਆ ਹੋਇਆ ਕਈ ਪਿੰਡਾਂ ਦੇ ਵਿੱਚ ਪਾਣੀ ਚੜਿਆ ਹੋਇਆ ਲੋਕਾਂ ਦੇ ਘਰ ਡੁੱਬੇ ਹੋਏ ਨੇ ਫਸਲਾਂ ਡੁੱਬੀਆਂ ਹੋਈਆਂ ਨੇ ਇਸ ਸਮੇਂ ਅਸੀਂ ਇੱਕ ਹਾਈਵੇ ਤੇ ਮੌਜੂਦ ਹੈਗੇ ਆ ਖਨੋਰੀ ਤੋਂ ਪਾਤੜਾ ਜਾਣ ਵਾਲਾ ਇਹ ਹਾਈਵੇ ਹੈਗਾ ਇੱਥੇ ਦੋ ਪਿੰਡਾਂ ਦੇ ਲੋਕ ਮੌਜੂਦ ਹੈਗੇ ਨੇ ਜਿਨ੍ਹਾਂ ਦੇ ਵੱਲੋਂ ਇੱਥੇ ਡਿਪਟੀ ਕਮਿਸ਼ਨਰ ਹੋਣਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਇਹਨਾਂ ਦੋ ਪਿੰਡਾਂ ਦੀ ਆਪਣੀ ਆਪਣੀ ਸਮੱਸਿਆ ਹੈਗੀ ਆ ਇੱਕ ਪੈਂਤ ਪਿੰਡ ਆ ਔਰ ਇੱਕ ਜੋਗੇ ਵਾਲਾ ਪਿੰਡ ਹੈ ਜੋਗੇਵਾਲ ਪਿੰਡ ਦੀ ਸਮੱਸਿਆ ਇਹ ਹੈ ਕਿ ਜੋਗੇਵਾਲ ਪਿੰਡ ਇਸ ਸਮੇਂ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਡੁੱਬ ਚੁੱਕਾ ਹੈ ਇਹ ਲੋਕ ਕਹਿੰਦੇ ਨੇ ਕਿ ਹਾਈਵੇ ਪਾਰ ਕਰਕੇ ਪਾਣੀ ਕੱਢਿਆ ਜਾਵੇ ਤਾਂ ਕਿ ਘਰਾਂ ਦੇ ਵਿੱਚੋਂ ਪਾਣੀ ਨਿਕਲੇ ਪਰ ਪੈਂਤ ਪਿੰਡ ਦੀ ਸਮੱਸਿਆ ਹੈ ਕਿ ਜੇਕਰ ਪਾਣੀ ਨਿਕਲਦਾ ਤਾਂ ਇਹਨਾਂ ਦੀਆਂ ਵੀ ਫਸਲਾਂ ਖਰਾਬ ਹੋ ਜਾਣਗੀਆਂ ਇਸ ਵੇਲੇ ਵੇਲਾ ਹੈਗਾ ਇੱਕ ਦੂਜੇ ਦੀ ਬਾਹ ਫੜਨ ਦਾ ਇੱਕ ਦੂਜੇ ਦੀ ਮਦਦ ਕਰਨ ਦਾ ਦੋਨੋਂ ਪਿੰਡ ਦੇ ਲੋਕ ਸਾਡੇ ਨਾਲ ਮੌਜੂਦ ਹੈਗੇ ਨੇ ਗੱਲਬਾਤ ਕਰਦੇ ਆ ਪ੍ਰਸ਼ਾਸਨ ਵੀ ਇੱਥੇ ਮੌਜੂਦ ਸੀਗਾ ਤਾਂ ਬਾਈ ਜੀ ਤੁਹਾਡਾ ਪਿੰਡ ਕਿਹੜਾ ਜੀ ਆਪਣਾ ਪਿੰਡ ਜੀ ਜੋਗੇ ਵਾਲਾ ਤੇ ਅਸੀਂ ਪਿੰਡ ਜੋਗੇ ਵਾਲੇ ਦੇ ਵਿੱਚ ਨਾ ਅਸੀਂ ਕਾਰਜੀ ਬੰਨ ਲਾ ਕੇ ਆਪਣਾ ਪਿੰਡ ਬਚਾਈ ਬੈਠੇ ਆ ਬਿਲਕੁਲ ਮੰਨ ਲਓ ਵੀ ਸਿਰਫ ਪਿੰਡ ਸੁੱਕਾ ਰਹਿ ਗਿਆ 100% ਸਾਡੀ ਫਸਲ ਮਰ ਚੁੱਕੀ ਹੈ ਇੱਥੇ ਨਾ ਜੀ ਇੱਕ ਨਵਾਂ ਹਾਈਵੇ ਨਿਕਲਿਆ ਸੀ ਜਦੋਂ ਇਹ ਹਾਈਵੇ ਨਿਕਲਿਆ ਤਾਂ ਉਸ ਤੋਂ ਬਾਅਦ ਇਹਦੇ ਵਿੱਚ ਪਹਿਲਾਂ ਉਸ ਤੋਂ ਪਹਿਲਾਂ ਜਿਹੜਾ ਹਾਈਵੇ ਸੀ ਉਹਦੇ ਵਿੱਚ ਇੱਕ ਸੈਫਲ ਹੁੰਦਾ ਸੀ ਉਹ ਸੈਫਲ ਦੇ ਸਾਹਮਣੇ ਸੈਫਲ ਇਸ ਹਾਈਵੇ 'ਚ ਨਹੀਂ ਰੱਖਿਆ ਗਿਆ ਜਿਹਦੇ ਕਾਰਨ ਇਹਦੀ ਪਾਣੀ ਦੀ ਪਾਸਿੰਗ ਨਹੀਂ ਹੈਗੀ ਪਾਣੀ ਦੀ ਪਾਸਿੰਗ ਨਾ ਹੋਵੇ ਸਾਰਾ ਬਹਾਓ ਜਿਹੜਾ 10 ਫੁੱਟ ਪਿੱਛੇ ਨਹਿਰ ਦੇ ਉਹ ਸਾਰੇ ਦਾ ਸਾਰਾ ਪਿੰਡ ਵੱਲ ਨੂੰ ਹੋਣ ਦਾ ਖਤਰਾ ਅਰਜੀ ਬੰਨਾਂ ਦੇ ਨਾਲ ਅਸੀਂ ਰੋਕੀ ਬੈਠੇ ਪ੍ਰਸ਼ਾਸਨ ਨੂੰ ਗੁਹਾਰ ਲਾਈ ਵੀ ਇਹਦੀਆਂ ਪੁਲੀਆਂ ਜਿੰਨੀਆਂ ਵੀ ਨੇ ਬੰਦ ਪਈਆਂ ਨੇ ਜਿਹੜੀਆਂ ਮਾੜੀਆਂ ਮੋਟੀਆਂ ਰੱਖੀਆਂ ਨੇ ਉਹ ਵੀ ਕਿਸੇ ਤਰੀਕੇ ਬੰਦ ਨੇ ਆਪਣੇ ਕਾਰਨਾਂ ਕਰਕੇ ਜਾਂ ਨਿੱਜੀ ਸਵਾਰਥਾਂ ਕਰਕੇ ਕਿਰਪਾ ਕੀਤੀ ਜਾਵੇ ਵੀ ਇਹਨਾਂ ਨੂੰ ਖੁਲਵਾਇਆ ਜਾਵੇ ਤੇ ਪਿੰਡ ਦਾ ਜਾਨੀ ਮਾਲੀ ਨੁਕਸਾਨ ਬਚਾਇਆ ਜਾਵੇ ਖੁਲਵਾਈਆਂ ਕਿਉਂ ਨਹੀਂ ਜਾਂਦੀਆਂ ਪੁਲੀਆਂ ਖੁਲਵਾਈਆਂ ਅਸੀਂ ਤਾਂ ਪ੍ਰਸ਼ਾਸਨ ਅੱਗੇ ਗੁਹਾਰ ਲਾ ਸਕਦੇ ਆ ਪਤਾ ਨਹੀਂ ਉਹ ਕਿਉਂ ਨਹੀਂ ਖੋਲਦੇ ਤੇ ਕਿਉਂ ਨਹੀਂ ਖੁਲਵਾਉਂਦੇ 3 ਦਿਨ ਤੋਂ ਰੌਲਾ ਪਾ ਰਹੇ ਵੀ ਇੱਥੇ ਹੀ ਮੌਜੂਦ ਹੈਗੇ ਨੇ ਇਹ ਤੁਸੀਂ ਬਾਈ ਜੀ ਸਹਿਮਤ ਹੋ ਇਹਨਾਂ ਦੇ ਨਾਲ ਕਿ ਪੁਲੀਆਂ ਖੁੱਲਣੀਆਂ ਚਾਹੀਦੀਆਂ ਇਹਨਾਂ ਦੇ ਘਰਾਂ 'ਚ ਪਾਣੀ ਨਿਕਲੇ ਬਾਹਰ ਦੇਖੋ ਜੀ ਅੱਜ ਸਭ ਤੋਂ ਵੱਡੀ ਆ ਇਨਸਾਨੀਅਤ ਲੋਕ ਬਰਨਾਲੇ ਤੋਂ ਲੰਗਰ ਲੈ ਕੇ ਆ ਰਹੇ ਨੇ ਉਹ ਇਸੇ ਕਰਕੇ ਲੈ ਕੇ ਆ ਰਹੇ ਨੇ ਵੀ ਲੋਕ ਬਚਨ ਜੇਕਰ ਲੋਕ ਬਚਣਗੇ ਇਹ ਆਪਣੀ ਮਨੁੱਖਤਾ ਹੈਗੀ ਆ ਜੇਕਰ ਪਾਣੀ ਲੰਘਦਾ ਇਹਨਾਂ ਦੇ ਘਰਾਂ ਚੋਂ ਨਿਕਲਦਾ ਹੈਗਾ ਤਾਂ ਇਹ ਸਭ ਤੋਂ ਵੱਡੀ ਸਾਡੀ ਸੇਵਾ ਹੋ ਸਕਦੀ ਹੈ ਇਸ ਸਮੇਂ 'ਚ ਜੇਕਰ ਅਸੀਂ ਲੰਗਰ ਦੀ ਸੇਵਾ ਨਹੀਂ ਕਰ ਸਕਦੇ ਤਾਂ ਅਸੀਂ ਇਹ ਗੱਲ ਨਾਲ ਸਹਿਮਤ ਹੈਗੇ ਆ ਬਾਕੀ ਜਿਹੜੇ ਕੁਝ ਜ਼ਿਮੀਦਾਰ ਹੈਗੇ ਆ ਜਿਨ੍ਹਾਂ ਦੀ ਫਸਲ ਬਰਬਾਦ ਹੋਣ ਲੱਗੀ ਆ ਉਹ ਇਹ ਗੱਲ ਨਾਲ ਸਹਿਮਤ ਨਹੀਂ ਹੈਗੇ ਕਿਉਂਕਿ ਉਹਨਾਂ ਸਾਡੇ ਪੈਂਦ ਨੂੰ ਵੀ ਖਸਤਾ ਬਣਿਆ ਰਹਿਣਾ ਇਹ ਚੀਜ਼ ਦਾ ਵੀ ਪਾਣੀ ਪੈਂਦ ਪਿੰਡ 'ਚ ਵੀ ਜਿਹੜਾ ਉਹ ਵੜ ਸਕਦਾ ਹੈਗਾ ਇਸ ਕਰਕੇ ਇਹ ਬਹੁਤ ਵੱਡੀ ਸਮੱਸਿਆ ਹੈਗੀ ਹੈ ਜੀ ਪਰ ਪ੍ਰਸ਼ਾਸਨ ਆ ਜਿਹੜਾ ਉਹ ਇੱਥੇ ਆ ਕੇ ਅੜ ਗਿਆ ਉਹ ਕੋਈ ਫੈਸਲਾ ਨਹੀਂ ਕਰ ਪਾ ਰਹੇ ਇਹ ਚੀਜ਼ 'ਤੇ ਕਿਉਂਕਿ ਇਹ ਪਿੰਡਾਂ ਦਾ ਫੈਸਲਾ ਹੈਗਾ ਜਿਹੜੀ ਪੁਲੀ ਹੈ ਪ੍ਰਾਈਵੇਟ ਹੈਗੀ ਆ ਇਹ ਕੋਈ ਸਰਕਾਰੀ ਪੁਲੀ ਨਹੀਂ ਹੈਗੀ ਇਸ ਕਰਕੇ ਪਿੰਡ ਵਾਲੇ ਕਹਿੰਦੇ ਨਹੀਂ ਖੋਲਣ ਦੇਣੀ ਤਾਂ ਪ੍ਰਸ਼ਾਸਨ ਨੇ ਜਿਹੜੇ ਜੋਗ ਵਾਲੇ ਪਿੰਡ ਕਹਿੰਦੇ ਅਸੀਂ ਖੋਲਣ ਦੇ ਖੁਲਵਾਉਣੀ ਹੈ ਕਿਉਂਕਿ ਇਹਨਾਂ ਦਾ ਪਿੰਡ ਜਿਹੜਾ ਨਹੀਂ ਡੁੱਬ ਜਾਣਾ ਤਾਂ ਅਸੀਂ ਮੈਂ ਵਿਅਕਤੀਗਤ ਤੌਰ ਤੇ ਇਹ ਚੀਜ਼ ਨਾਲ ਸਹਿਮਤ ਹਾਂ ਵੀ ਇਹ ਪੁਲੀ ਹੈ ਜਿਹੜੀ ਖੁੱਲੀ ਜਾਣੀ ਚਾਹੀਦੀ ਹੈ ਕਿਉਂਕਿ ਜੇਕਰ ਇਹਨਾਂ ਦਾ ਪਿੰਡ ਬਚਾਉਣਾ ਇਹਨਾਂ ਦੇ ਆਪਾਂ ਸੇਵਾ ਕਰਨੀ ਆ ਤਾਂ ਇਹ ਪੁਲੀ ਖੁੱਲੀ ਜਾਣੀ ਚਾਹੀਦੀ ਹੈ ਜ਼ਿਮੀਦਾਰ ਸਹਿਮਤ ਹੁੰਦੇ ਨੇ ਕਿਉਂਕਿ ਜਿਵੇਂ ਡੀਸੀ ਵੀ ਕਹਿ ਰਹੇ ਸੀਗੇ ਕਿ ਫਸਲਾਂ ਦਾ ਤਾਂ ਮੁਆਵਜ਼ਾ ਮਿਲ ਜੂ ਪਰ ਜੇਕਰ ਜਾਨੀ ਨੁਕਸਾਨ ਹੋ ਗਈ ਤਾਂ ਉਹਦੀ ਭਰਪਾਈ ਨਹੀਂ ਹੋਣੀ ਦੇਖੋ ਜੀ ਸਭ ਤੋਂ ਵੱਡਾ ਨੁਕਸਾਨ ਹੀ ਹੁੰਦਾ ਜਾਨੀ ਨੁਕਸਾਨ ਆ ਇਹਦਾ ਆਪਾਂ ਨੂੰ ਵੀ ਪਤਾ ਜੇ ਹੁਣ ਹਿਮਾਤੇ ਆਪਣੇ ਲੋਕ ਬਹਿ ਕੇ ਆ ਰਹੇ ਨੇ ਉਹ ਚ ਦਰਿਆਵਾਂ 'ਚ ਲੋਕ ਬਹਿ ਕੇ ਆ ਰਹੇ ਨੇ ਘੱਗਰ 'ਚ ਅਸੀਂ ਅਰੇ ਜੋਗੇ ਵਾਲੇ ਪਿੰਡ 'ਚ ਲਾਸ਼ ਫਸੀ ਹੋਈ ਆ ਇੱਕ ਉਹ ਸਾਨੂੰ ਸਭ ਤੋਂ ਜ਼ਿਆਦਾ ਦੁੱਖ ਸਾਨੂੰ ਆ ਅਸੀਂ ਸਾਰੀ ਰਾਤ ਇੱਥੇ ਬੈਰੀਕੇਟਾਂ ਦੇ ਖੜੇ ਰਹੇ ਹਾਂ ਕੋਈ ਪੁਲਿਸ ਪ੍ਰਸ਼ਾਸਨ ਨਹੀਂ ਖੜਾ ਸੀ ਅਸੀਂ ਇਸੇ ਕਰਕੇ ਖੜੇ ਰਹੇ ਹਾਂ ਵੀ ਕੋਈ ਬੰਦਾ ਜਾ ਕੇ ਘੱਗਰ 'ਚ ਪਾਣੀ 'ਚ ਡੁੱਬਣਾ ਜਾਵੇ ਕੋਈ ਗੱਡੀ ਉੱਤਰ ਨਾ ਜਾਵੇ ਕਿਉਂਕਿ ਪਹਿਲਾਂ 2 ਟਰੱਕ ਡੁੱਬ ਗਿਆ ਤੇ 2 ਬੰਦੇ ਉੱਥੇ ਮਰ ਗਿਆ ਇਹ ਸਾਡੀ ਮਨੁੱਖਤਾ ਹੀ ਅਸੀਂ ਇਹ ਮਨੁੱਖਤਾ ਦੇ ਤੌਰ 'ਤੇ ਹੀ ਇੱਥੇ ਖੜੇ ਸੀ ਸਾਰੀ ਰਾਤ ਹੋ ਗਈ ਪਰ ਪ੍ਰਸ਼ਾਸਨ ਨੂੰ ਇਹ ਚੀਜ਼ ਨਹੀਂ ਪਤਾ ਇਸ ਕਰਕੇ ਅਸੀਂ ਮਨੁੱਖਤਾ ਦੀ ਤੌਰ 'ਤੇ ਹੀ ਕਹਿੰਦੇ ਹਾਂ ਇਨਸਾਨੀਅਤ ਦੇ ਤੌਰ 'ਤੇ ਕਹਿੰਦੇ ਹਾਂ ਵਿਅਕਤੀਗਤ ਤੌਰ 'ਤੇ ਕਹਿੰਦੇ ਹਾਂ ਕਿ ਪੁਲੀਆਂ ਜਿਹੜੀਆਂ ਖੁੱਲੀਆਂ ਜਾਣੀਆਂ ਚਾਹੀਦੀਆਂ ਨੇ ਹਾਂਜੀ ਖੁੱਲੀਆਂ ਚਾਹੀਦੀਆਂ ਨੇ ਅੱਛਾ ਬਾਈ ਜੀ ਇਹ ਫਿਰ ਪ੍ਰਸ਼ਾਸਨ ਕੋਈ ਹੱਲ ਕੱਢ ਪਾਇਆ ਤੁਹਾਡਾ ਪੁਲੀਆਂ ਖੁੱਲਣ ਲੱਗੀਆਂ ਹੁਣ ਕਿ ਨਹੀਂ ਨਹੀਂ ਜੀ ਇਹ ਆਪਾਂ ਨੂੰ ਡੀਸੀ ਮੈਡਮ ਨੇ ਬਹੁਤ ਹੀ ਵਿਸ਼ਵਾਸਨ 'ਚ ਲਿਆ ਤੇ ਉਹਨਾਂ ਪੂਰਾ ਸਾਨੂੰ ਇਹ ਆਸ਼ਵਾਸਨ ਦਿੱਤਾ ਵੀ ਅਸੀਂ ਇਹ ਪੁਲੀਆਂ ਖਲਵਾ ਦੇਵਾਂਗੇ ਤੇ ਜਿਹੜਾ ਸੈਫਲ ਗਲਤੀ ਦੇ ਨਾਲ ਨਹੀਂ ਰੱਖਿਆ ਗਿਆ ਉਹ ਵੀ ਇਹਨਾਂ ਦੀ ਧਿਆਨ 'ਚ ਲੈਣ ਦਾ ਵੀ ਅੱਗੋਂ ਇਸ ਜੀਟੀ ਰੋਡ ਦੇ ਥੱਲੇ ਉਹ ਆਸ਼ਵਾਸਨ ਬਣਾਇਆ ਵੀ ਸਰ ਇਹ ਨਲੈਕੀ ਆ ਜੀ ਡਰੇਨ ਪਾਕ ਦੀ ਜਦੋਂ ਐਡਾ ਵੱਡਾ ਸੈਫਲ ਆ ਉਹਦੇ ਅੱਗੇ ਅੱਧਾ ਢਿੱਲਾ ਚੌੜੀ ਡਰੇਨ ਆ ਕਮ ਸੇ ਕਮ ਹਾਈਵੇ ਦੇ ਵਿੱਚ ਸੈਫਲ ਨਹੀਂ ਸੀ ਰੱਖਣਾ ਇਹ ਡਰੇਨ ਪਾਕ ਦੀ ਵੱਡੀ ਨਲੈਕੀ ਆ ਅਸੀਂ ਉਹ ਵੀ ਡੀਸੀ ਸਾਹਿਬ ਦੇ ਧਿਆਨ 'ਚ ਰੱਖੀ ਵੀ ਆਹ ਨੌਬਤੀ ਨਾ ਆਵੇ ਕਿਉਂਕਿ ਹੜ੍ਹ ਦਾ ਇਲਾਕਾ ਇੱਥੇ ਹੜ੍ਹ ਹਰ ਸਾਲ ਆਉਂਦੇ ਜਦੋਂ ਤੱਕ ਘਰ ਦਾ ਪੱਕਾ ਹੱਲ ਨਹੀਂ ਹੁੰਦਾ ਆਉਂਦੇ ਹੀ ਰਹਿਣੇ ਕੱਲ ਰਾਤ ਵੀ ਇਹਨਾਂ ਦੇ ਕਿਸਾਨਾਂ ਨੇ ਉਹ ਗੱਟੇ ਪੱਥਰ ਵਸਾ ਕੇ ਸੈਫਲ ਬੰਦ ਕੀਤਾ
ਖੋਲਣ ਦੀ ਬਜਾਏ ਚਲੋ ਉਹ ਤੋਂ ਇਹਨਾਂ ਦੇ ਸਰਪੰਚ ਗਵੰਡੀ ਭਰਾ ਨੇ ਜੇ ਇਹਨਾਂ ਮਦਦ ਕੀਤੀ ਜੇ ਇਹਨਾਂ ਲੇਟ ਕੀਤੀ ਤਾਂ ਵੀ ਇਹਨਾਂ ਦਾ ਧੰਨਵਾਦ ਸਭ ਤੋਂ ਵੱਡਾ ਜਿਹੜਾ ਫਰਜ਼ਾ ਅਦਾ ਕਰਿਆ ਪਾਕਿਸਤਾਨ ਨੇ ਕਰਿਆ 10 ਫਲੱਡ ਖੋਲ ਕੇ ਆਪਾਂ ਨੂੰ ਵੀ ਪਤਾ ਜਿੱਥੇ ਰਾਜਸਥਾਨ ਬਾਕੀ ਸੂਬੇ ਜਿਹੜੇ ਜਵਾਬ ਦੇ ਗਏ ਆਪਾਂ ਨੂੰ ਪਾਣੀ ਲੈਣ ਤੋਂ ਹਰਿਆਣਾ ਜਵਾਬ ਦੇ ਗਿਆ ਰਾਜਸਥਾਨ ਜਵਾਬ ਦੇ ਗਿਆ ਉੱਥੇ ਪਾਕਿਸਤਾਨ ਨੇ ਜਿਹੜਾ ਗੁਆਂਢੀ ਸੂਬਾ ਹੋਣ ਦਾ ਗੁਆਂਢੀ ਦੇਸ਼ ਹੋਣ ਦਾ ਜਿਹੜਾ ਆਪਾਂ ਨੂੰ ਮਾਣ ਬਖਸ਼ਿਆ ਭਾਈਚਾਰਾ ਬਖਸ਼ਿਆ ਉਹਨੇ 10 ਫਲੱਡ ਗੇਟ ਖੋਲਿਆ ਤੇ ਹੁਣ ਪਾਣੀ ਦਾ ਬਹਾਵ ਉਧਰ ਨੂੰ ਜਾ ਰਿਹਾ ਹੈਗਾ ਇਸ ਕਰਕੇ ਇਹ ਆਪਣਾ ਵੀ ਫਰਜ਼ ਹੈਗਾ ਜੀ ਵੀ ਆਪਾਂ ਵੀ ਭਾਈਚਾਰਾ ਜਿਹੜਾ ਉਹ ਸਾਂਝਾ ਉਹ ਰੱਖੀਏ ਉਹ ਦਿਖਾਈਏ ਤੇ ਲੋਕਾਂ ਦੀ ਜਿਹੜੀ ਉਹ ਸੇਵਾ ਆਪਾਂ ਕਰੀਏ ਜਿਹੜੇ ਪਾਣੀ 'ਚ ਫਸੇ ਹੋਏ ਆ ਪਿੰਡਾਂ ਉਹਨਾਂ ਤੱਕ ਲੰਗਰ ਪਹੁੰਚਾਈਏ ਕਿਉਂਕਿ ਪ੍ਰਸ਼ਾਸਨ ਜਿਹੜਾ ਉਹ ਸਰਕਾਰੀ ਢਾਂਚਾ ਮੈਂ ਇੱਥੇ ਕਹਿੰਦਾ ਵੀ ਉਹ ਵਿਅਕਤੀਗਤ ਤੌਰ ਤੇ ਉਹ ਖੁਦ ਉਹ ਫੇਲ ਹੈਗਾ ਅਸੀਂ ਪਿੰਡਾਂ 'ਚ ਜਾ ਕੇ ਜਦੋਂ ਪਹੁੰਚ ਕਰੀਆ ਸਰਕਾਰੀ ਢਾਂਚਾ ਬਿਲਕੁਲ ਨਹੀਂ ਪਹੁੰਚਿਆ ਜਿਹੜੀ ਕਿਸ਼ਤੀਆਂ ਨੇ ਫੌਜੀਆਂ ਦੀਆਂ 6-2-4 ਹੈਗੀਆਂ ਨੇ ਆਪ ਟੀਮਾਂ 'ਚ 4-5 ਬੰਦੇ ਬਹਿ ਜਾਂਦੇ ਆ ਸਰਕਾਰ ਦੂਜੇ ਬੰਦੇ 2 ਬਿਠਾ ਲੈਂਦੇ ਆ ਉੱਥੇ ਲੱਗਦਾ ਹੀ ਵੀ ਜੇ ਕੱਢ ਕੇ ਵੀ ਲੈਣਾ ਉਸ 'ਚ ਇੱਕ ਕੱਢ ਕੇ ਲਿਆਂਦੇ ਆ ਇਸ ਕਰਕੇ ਸਰਕਾਰੀ ਢਾਂਚਾ ਬਿਲਕੁਲ ਫੇਲ ਆ ਜੀ ਆਮ ਲੋਕ ਜਿਹੜੇ ਆ ਟਰੈਕਟਰ ਲੈ ਕੇ ਪਿੰਡਾਂ 'ਚ ਪਹੁੰਚ ਰਹੇ ਆ ਸਰਕਾਰੀ ਕੋਈ ਲੰਗਰ ਨਹੀਂ ਕੋਈ ਸੁਵਿਧਾ ਨਹੀਂ ਹੈਗੀ ਇਸ ਕਰਕੇ ਇਹ ਪ੍ਰਸ਼ਾਸਨ ਨੂੰ ਲੈ ਕੇ ਅਸੀਂ ਕਹਿੰਦੇ ਆ ਪ੍ਰਸ਼ਾਸਨ ਨੂੰ ਲਾਣਤ ਵੀ ਪਾਉਂਦੇ ਆ ਇਹ ਚੀਜ਼ ਤੇ ਧੰਨਵਾਦ ਜੀ ਠੀਕ ਹੈ ਬਾਈ ਜੀ ਤਾਂ ਇਹ 2 ਪਿੰਡਾਂ ਦੀ ਸਮੱਸਿਆ ਹੈਗੀ ਸੀਗੀ ਤਾਂ ਰਾਜੀ ਹੋਏ ਨੇ ਦੋਨੋਂ ਪਿੰਡ ਕਿ ਪੁਲੀਆਂ ਖੋਲੀਆਂ ਜਾਣ ਕਿਉਂਕਿ ਜੇਕਰ ਫਸਲਾਂ ਖਰਾਬ ਹੋ ਗਈਆਂ ਤਾਂ ਮੁਆਵਜ਼ਾ ਵੀ ਆ ਜਾਏਗਾ ਤਾਂ ਫਸਲਾਂ ਦੁਬਾਰਾ ਲੱਗ ਜਾਣਗੀਆਂ ਪਰ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਣਾ ਚਾਹੀਦਾ ਤਾਂ ਇਸ ਵੇਲੇ ਵੇਲਾ ਇਹੀ ਹੈ ਕਿ ਇੱਕ ਦੂਜੇ ਦੀ ਬਾਂਹ ਫੜੀ ਜਾਵੇ ਗਵਾਂਢੀ ਹੀ ਗਵਾਂਢੀ ਦਾ ਜਿਹੜਾ ਉਹ ਇੱਥੇ ਭਾਈਵਾਲ ਬਣੇਗਾ ਤਾਂ ਹੀ ਇਸ ਸਮੱਸਿਆ ਦੇ ਨਾਲ ਨਜਿੱਠਿਆ ਜਾ ਸਕਦਾ ਹੈ।